ਦਲਜੀਤ ਦੁਸਾਂਝ, ਹਾਂਜੀ, ਜਦੋਂ ਸਾਰਾ ਤੁਸੀਂ ਦ੍ਰਿਸ਼ ਦੇਖਿਆ, ਟਰੂਡੋ ਸਾਹਿਬ ਸਟੇਜ ਤੇ ਆਉਂਦੇ ਨੇ, ਉਹ ਵੀ ਬੜੀ ਖੂਬਸੂਰਤ ਸ਼ਖਸੀਅਤ ਹੈ, ਹਾਂਜੀ, ਉਹ ਜਦੋਂ ਆ ਕੇ ਆਪਣੇ ਦਲਜੀਤ ਨੂੰ ਕਲਾਵੇ ਚ ਲੈਂਦੇ ਨੇ, ਕਿੰਨਾ ਕਮਾਲ ਮਹਿਸੂਸ ਹੋਇਆ। ਤੁਸੀਂ ਪਹਿਲਾਂ ਤੇ ਸਮਰ ਨਿਊਜ਼ ਦੇਖਣ ਵਾਲੇ ਸਾਰੇ ਸਾਡੇ ਪਿਆਰੇ ਪਿਆਰੇ ਸਰੋਤਿਆਂ ਨੂੰ ਜਿੱਥੇ ਬੈਠੇ ਦੁਨੀਆਂ ਚ, ਉਹਨਾਂ ਨੂੰ ਸਾਡੇ ਤਿੰਨਾਂ ਦੀ ਸਤਿ ਸ੍ਰੀ ਅਕਾਲ ਜੀ। ਤੇ ਅਸੀਂ ਭਾਗਾਂ ਵਾਲੇ ਹਾਂ ਕਿ ਅੱਜ ਤੁਸੀਂ ਸਾਨੂੰ ਇਸ ਵਧੀਆ ਟੌਪਿਕ 'ਤੇ ਯਾਦ ਕੀਤਾ ਹੈ, ਅਤੇ ਦਲਜੀਤ ਦੀ ਗੱਲ ਚੱਲੀ ਹੈ, ਸਰਦਾਰੀ ਦੀ ਗੱਲ ਚੱਲੀ ਹੈ, ਅਤੇ ਮੇਰੇ ਜਿਹੜਾ ਦਿਲ ਕਹਿੰਦਾ ਕਿ ਇਹਨੂੰ ਮੈਂ ਥੋੜ੍ਹਾ ਜਿਹਾ ਗਾ ਕੇ ਇਹਨੂੰ ਸ਼ੁਰੂ ਕਰਾਂ। ਭੱਟੀ ਸਾਹਿਬ ਤੋਂ ਮੈਂ ਜਿੰਨੇ ਵੀ ਗੀਤ ਗਾਏ ਉਹ ਸਰਦਾਰੀ ਦੀ ਗੱਲ ਬਹੁਤ ਹੈ। ਇਹ ਜਿਹੜੀਆਂ ਦੋ ਲੈਣਾਂ ਮੈਂ ਗਾ ਰਿਹਾ, ਇਹ ਸਮਰਪਿਤ ਤੂੰ ਦਲਜੀਤ ਦੁਸਾਂਝ ਨੂੰ। ਕੋਈ ਕਰੇ ਗੱਲ ਪੇਚਾਂ ਦੀ, ਕੋਈ ਪੇਚਾਂ ਉੱਤੇ ਮਰਦੀ, ਕੋਈ ਕਰੇ ਗੱਲ ਪੇਚਾਂ ਦੀ, ਕੋਈ ਪੇਚਾਂ ਉੱਤੇ ਮਰਦੀ, ਹੋਏ ਟੇਡੀ ਪੱਗ ਦੀ ਹੋਈ ਦੀਵਾਨੀ, ਓਏ ਖੂਹ ਤੇ ਪਾਣੀ ਭਰਦੀ, ਗੱਲਾਂ ਗੱਲਾਂ ਵਿੱਚ ਗੱਲ ਹੋ ਗਈ ਕੌਲ ਕਰਾਰਾਂ ਦੀ, ਹੋਏ ਦੁਨੀਆ ਉੱਤੇ ਛਾ ਗਈ ਓ ਯਾਰੋ ਪੱਗ ਸਰਦਾਰਾਂ ਦੀ, ਉਹ ਛਾ ਗਈ ਪੱਗ ਸਰਦਾਰਾਂ ਦੀ, ਉਹ ਛਾ ਗਈ ਪੱਗ ਸਰਦਾਰਾਂ ਦੀ। ਬਹੁਤ ਵਧੀਆ। ਇਹ ਜਿਹੜੀ ਤੁਸੀਂ ਗੱਲ ਕੀਤੀ ਟੋਰਾਂਟੋ ਸ਼ਹਿਰ ਚ ਆਪਣਾ ਦਲਜੀਤ ਦਾ ਸ਼ੋਅ, ਜਿਸ ਸਟੇਡੀਅਮ ਚ ਭਾਜੀ ਸ਼ੋਅ ਹੋਇਆ ਅੱਜ ਤੱਕ ਮੇਰੇ ਹਿਸਾਬ ਨਾਲ, ਜਾਂ ਕਿਤੇ ਪਹਿਲਾਂ ਸੁਣਿਆ ਹੋਊਗਾ ਕਿਤੇ ਮਾਈਕਲ ਜੈਕਸਨ ਦਾ ਸ਼ੋਅ ਹੋਇਆ ਹੋਊਗਾ, ਉਸ ਤੋਂ ਬਾਅਦ ਅਸੀਂ ਸੈਕਿੰਡ ਪਰਸਨ ਥੋੜ੍ਹਾ, ਅੱਜ ਕੱਲ੍ਹ ਦੁਨੀਆ ਜਿੱਥੇ ਵੀ ਸ਼ੋਅ ਕਰ ਰਿਹਾ, ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਜਿੱਥੇ ਜਿੱਥੇ ਪੰਜਾਬੀ ਵੱਸਦੇ ਆ, ਐਡੀ ਸੱਚੇ ਪਾਤਸ਼ਾਹ ਦੀ ਕਿਰਪਾ, ਫੁੱਲ ਜਾ ਰਹੇ ਸ਼ੋਅ। ਉਹ ਜਿਹੜੀ ਸ਼ੋਅ ਦੀ ਤੁਸੀਂ ਗੱਲ ਕਰ ਰਹੇ ਹੋ, ਅਗਲੇ ਦਿਨ ਮੈਂ ਵੀ ਸ਼ੋਅ ਵੇਖਿਆ ਇੱਕ ਵਾਰੀ, ਤੇ ਆਪ ਮੁਹਾਰੇ ਦਾ ਅੱਖਾਂ ਚੋਂ ਹਿੰਜੂ ਡਿੱਗਦੇ ਆ ਕਿ ਇੱਕ ਬੱਚਾ ਇੱਕ ਦੁਸਾਂਝਾ ਪਿੰਡ ਤੋਂ ਉੱਠ ਕੇ ਤੇ ਕਿੱਥੇ ਇਸ ਵੇਲੇ ਗਲੋਬ ਤੇ ਸਿੱਖੀ ਦਾ ਨਾਮ ਉੱਚਾ ਕਰ ਰਿਹਾ, ਤੇ ਜਦੋਂ ਇੱਕ ਪ੍ਰਾਈਮ ਮਿਨਿਸਟਰ ਜਿਹੜੇ ਪਾਵਰ ਹਾਊਸ ਕੰਟਰੀ ਕਨੇਡਾ, ਆਪ ਉਹ ਕਹਿ ਰਿਹਾ ਕਿ ਮੈਂ ਆਈ ਵਾਂਟ ਟੂ ਸੀ, ਮੈਂ ਦਲਜੀਤ ਨੂੰ ਮਿਲਣਾ ਚਾਹੁੰਦਾ, ਤੇ ਜਦੋਂ ਉਹ ਉੱਥੇ ਮਿਲਦਾ ਤੇ ਅਸੀਂ ਐਜ਼ ਏ ਆਡੀਅੰਸ, ਐਜ਼ ਏ ਸੀਨੀਅਰ ਆਰਟਿਸਟ ਵੀ ਹੈਗੇ, ਐਜ਼ ਏ ਆਡੀਅੰਸ ਇੰਨਾ ਮੰਦ ਖੁਸ਼ ਹੋਇਆ ਤੇ ਸਾਡੇ ਨਾਲ ਹਿੰਦੂ ਆ ਗਏ ਕਿ ਮੈਂ ਤੁਹਾਡੇ ਜਿਹੜੀ ਖੁਸ਼ੀ 'ਚ ਵਾਧਾ ਕਰਦਾ। ਉੱਥੇ ਆ ਕੇ ਫਿਰ ਟਰੂਡੋ ਨੇ ਕਿਹਾ ਕਿ ਟਰੂਡੋ ਕਹਿੰਦਾ ਕਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਤੋਂ ਆ ਕੇ ਇੱਕ ਵਿਅਕਤੀ ਸਟੇਡੀਅਮ ਸੋਲਡ ਆਊਟ ਕਰਕੇ ਇਤਿਹਾਸ ਬਣਾ ਸਕਦਾ ਹੈ, ਇੱਕ ਪੰਜਾਬੀ ਇਤਿਹਾਸ ਬਣਾ ਸਕਦਾ ਹੈ। ਔਰ ਜਿਹੜਾ ਇਹ ਰੋਜਰ ਸੈਂਟਰ ਹੈ ਟੋਰਾਂਟੋ ਦਾ, 59,286 ਸੀਟਾਂ ਨੇ, ਸਾਰੀਆਂ ਦੀਆਂ ਸਾਰੀਆਂ ਫੁੱਲ ਪੈਕ ਸੀਗਾ। ਹਾਂਜੀ, ਇਹ ਦੇਖੋ ਜੀ, ਅੱਬਲ ਤੇ ਆਪ ਜਿਹੜੇ ਕੰਟਰੀ ਦਾ, ਅਮਰੀਕਾ, ਕਨੇਡਾ, ਸਾਰੇ ਪਾਵਰਫੁਲ ਕੰਟਰੀ ਨੇ, ਤੇ ਉਹਨਾਂ ਕੋਲ ਜਾਣਾ ਪੈਂਦਾ, ਤੇ ਉਹਨੇ ਵੇਖਿਆ ਕਿ ਇਹ ਕਿਹੜਾ ਆਰਟਿਸਟ ਆਇਆ, ਕਿ ਮੈਂ ਯਾਰ ਇਹਦੇ ਦਰਸ਼ਨ ਕਰਦੇ ਆ, ਕਿ ਮੈਨੂੰ ਰਿਪੋਰਟ ਮਿਲੀ ਆ ਕਿ ਫੁੱਲ ਪੈਕਡ ਹੈ, ਤੇ ਪ੍ਰਾਊਡ ਆਫ ਸਿੱਖ, ਪ੍ਰਾਊਡ ਆਫ ਦਲਜੀਤ, ਸੱਚੇ ਪਾਤਸ਼ਾਹ ਦੀ ਵੱਡੀ ਉਮਰ ਕਰੇ, ਆਪਣੀਆਂ ਆਪਣੀ ਜ਼ਬਾਨ ਨੂੰ, ਆਪਣੀ ਦਸਤਾਰ ਨੂੰ ਹੋਰ ਬੁਲੰਦੀਆਂ ਲੈ ਕੇ ਜਾਵੇ, ਸਾਡੀ ਸਾਰੇ ਕਲਾਕਾਰਾਂ ਦੀ ਇਹੀ ਦੁਆ ਹੈ। ਤੇ ਜਦੋਂ ਜੱਫੀ ਪਾਈ ਤਾਂ ਜਦੋਂ ਇੱਕ ਪ੍ਰਾਈਮ ਮਿਨਿਸਟਰ ਨੇ, ਉਦੋਂ ਐਂ ਲੱਗਾ ਕਿ ਪਾਵਰਫੁਲ ਕੰਟਰੀ ਤੇ ਹੈ ਹੀ ਹੈ, ਤੇ ਸਾਰੇ ਪੰਜਾਬੀਆਂ ਦਾ ਮਾਨ ਸਮੋ ਕੇ ਦੋਨਾਂ ਨੇ ਜਦੋਂ ਜੱਫੀ ਪਾਈ ਹੈ, ਵੈਸੇ ਵੀ ਪੰਜਾਬੀਆਂ ਦੀ ਬਹੁਤ ਕੰਟਰੀ ਹੈਲਪ ਕਰ ਰਿਹਾ, ਆਪਣੇ ਬੱਚੇ ਦੇਖੋ ਪੜ੍ਹਨ ਪੁੱਣ ਜਾ ਰਹੇ ਆ, ਵਧੀਆ ਮਿਹਨਤ ਕਰ ਰਹੇ ਆ, ਤੇ ਆਈ ਲਵ ਦਲਜੀਤ ਐਂਡ ਟਰੂਡੋ ਦੇ ਸਿੱਖੀ ਦਾ ਮਾਣ ਹੋਰ ਉੱਚਾ ਕਰਤਾ। ਪੱਟੀ ਸਾਹਿਬ, ਤੁਸੀਂ 792 ਗੀਤ ਰਿਕਾਰਡ ਕਰਾ ਤੇ 1000 ਦੇ ਕਰੀਬ ਲਿਖੇ, ਮੈਂ ਕੇਵਲ 2 ਕਿਤਾਬਾਂ ਲਿਖੀਆਂ, ਮੇਰੀ ਬੱਸ ਹੋ ਗਈ ਸੀ ਇੱਕ ਇੱਕ ਸ਼ਬਦ ਪਰਾਉਣਾ, ਔਰ ਫਿਰ
ਉਹ ਸ਼ਬਦਾਂ ਨੂੰ ਇਸ ਢੰਗ ਨਾਲ ਘੜਨਾ ਵੀ ਜਦੋਂ ਗਾਇਕ ਗਾਵੇ ਤੇ ਦੁਨੀਆਂ ਉਹਦੇ ਵੱਲ ਖਿੱਚੀ ਜਾਵੇ, ਆਪਣੇ ਆਪ ਚ ਬਹੁਤ ਵੱਡਾ ਆਰਟ ਹੈ। ਤੇ ਜਦੋਂ ਤੁਸੀਂ ਦਲਜੀਤ ਦੋਸਾਂਝ ਦਾ ਇਹ ਮਾਨ ਦੇਖ ਰਹੇ ਸੀ, ਪ੍ਰਾਊਡ ਦੇਖ ਰਹੇ ਸੀ, ਤੇ ਕਿੰਨਾ ਕੁ ਮਾਨ ਤੇ ਖੁਸ਼ੀ ਮਹਿਸੂਸ ਹੋਈ? ਜੀ ਬਿਲਕੁਲ, ਬਹੁਤ ਵੱਡੀ ਗੱਲ ਹੈ ਜੀ। ਦੇਖੋ ਪਹਿਲਾਂ ਆਪਾਂ ਲਾਈਏ ਸਮੇਂ ਸਮੇਂ ਸਿਰ ਪੰਜਾਬ ਜਿਹੜੀ ਆ, ਪੰਜਾਬੀ ਸਾਡੀ, ਪੰਜਾਬੀ ਮਾਂ ਬੋਲੀ, ਪੰਜਾਬੀ ਗਾਇਕੀ, ਸੱਭਿਆਚਾਰ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਜਾਣਾ ਸ਼ੁਰੂ ਹੋਇਆ। ਅਤੇ ਪਰ ਇਹ ਇਹਨੂੰ ਆਪਾਂ ਸਿਖਰ ਕਹਿ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ, ਕਿਉਂਕਿ ਏਡੀ ਵੱਡੀ ਤਾਦਾਦ ਦੇ ਵਿੱਚ ਦੁਨੀਆ ਤਾਂ, ਉਹ ਵੀ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਸੋਲਡ ਆਊਟ ਹੋ ਜਾਣਾ, ਮਤਲਬ ਬਹੁਤ ਵੱਡੀ, ਕਿੰਨੇ ਲੋਕ ਤਰਸਦੇ ਹੋਣੇ ਨੇ ਉਹ ਟਿਕਟਾਂ ਲੈਣ ਲਈ, ਔਰ ਕਿੰਨੀਆਂ ਮਹਿੰਗੀਆਂ ਟਿਕਟਾਂ ਨੇ ਉਸ ਸਟੇਡੀਅਮ ਦੀਆਂ। ਉੱਥੇ ਮੈਂ ਸੁਣਿਆ, ਜਿਹੜੇ ਦਰਸ਼ਕਾਂ ਨੇ ਜ਼ਰੂਰ ਸੁਣਿਆ ਹੋਊਗਾ, ਉਹ ਸਟੂਡੈਂਟ ਆਏ ਉੱਥੇ, ਔਰ ਉਹ ਸਟੂਡੈਂਟ ਇਹ ਕਹਿ ਰਹੇ ਸੀ ਵੀ ਦਲਜੀਤ ਇਹ ਜਿਹੜੇ ਪੈਸੇ ਆ ਇਹ ਕੋਈ ਮਾਇਨੇ ਨਹੀਂ ਰਖਾਉਂਦੇ ਤੈਨੂੰ ਜੀ, ਤੇਰੇ ਨਾਲ ਤੇ ਸਾਡਾ ਪਿਆਰ ਹੀ ਬੜਾ ਆ, ਤੇ ਜਿੰਨੀ ਵਾਰੀ ਆਏਗਾ ਅਸੀਂ ਆਪਣੀ ਜੀ ਆਈ ਐਸ ਭਾਵ ਜਿਹੜੇ ਫੀਸ ਦੇ ਪੈਸੇ ਰੱਖੀ ਉਹ ਵੀ ਤੇਰੇ, ਉਹ ਵੀ ਤੈਨੂੰ ਕਢਾ ਕੇ ਤੇਰੀ ਟਿਕਟ ਤੇ ਲਾਵਾਂਗੇ ਜੀ। ਬਹੁਤ ਮਾਣ ਜਿਹੜਾ ਪੰਜਾਬ, ਪੰਜਾਬੀ, ਪੰਜਾਬੀਅਤ ਦਾ, ਖਾਸ ਕਰਕੇ ਸਾਡਾ ਪਹਿਰਾਵਾ ਜਿਹੜਾ ਉਹਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਖੜਾ ਕਰਨਾ, ਇਹ ਬਹੁਤ ਮਾਣ ਦੀ ਗੱਲ ਹੈ ਜੀ। ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ, ਗੀਤਕਾਰਾਂ ਲਈ, ਗਾਇਕਾਂ ਲਈ, ਹੋਰਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ, ਨਵੇਂ ਨੂੰ ਵੀ ਉਤਸ਼ਾਹਿਤ ਕਰਦਾ ਵੀ ਸਾਡਾ ਇੱਕ ਬੰਦਾ ਬਿਲਕੁਲ, ਜਦੋਂ ਕਿ ਪਹਿਲਾਂ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ ਜਿਵੇਂ ਭਾਜੀ ਹੋਣਾ ਨੇ ਜਦੋਂ ਪੱਗ ਬੰਨ ਕੇ ਗਾਉਂਦੇ ਸੀ, ਉਦੋਂ ਲੋਕੀ ਪੱਗ ਬੰਨ ਕੇ ਉਨੀ ਇੰਪੋਰਟੈਂਸ ਉਦੋਂ ਨਹੀਂ ਸੀ ਦਿੰਦੇ, ਹਾਲਾਂਕਿ ਅਲੱਗ ਦਿਖਦੇ ਸੀ ਜ਼ਰੂਰ ਸੀ, ਪਰ ਜਿੰਨਾ ਹੁਣ ਕਰੇਜ਼ ਪੱਗ ਦਾ ਹੋਇਆ ਦਸਤਾਰ ਸਜਾ ਕੇ ਜਿਹੜੇ ਗਾਉਂਦੇ ਨੇ, ਕਲਾਕਾਰੀ ਕਰਦੇ ਨੇ, ਉਹ ਸਰਤਾਜ ਹੋਣੀ ਹੋ ਸਕਦੇ ਆ, ਐਮੀ ਵਿਰਕ ਹੋ ਸਕਦੇ ਆ, ਇਸੇ ਤਰ੍ਹਾਂ ਤਰਸੇਮ ਜੱਸੜ ਹੋ ਸਕਦਾ ਹੈ, ਗੁਰਪ੍ਰੀਤ ਹੋਣੀ ਹੋ ਸਕਦੇ ਆ, ਸਾਰੇ ਹੋ ਸਕਦੇ ਆ। ਇਹਨਾਂ ਲੋਕਾਂ ਨੇ ਤੇ ਜਿਹੜੇ ਸਾਡੇ ਬੱਚੇ ਜਿਹੜੇ ਸੀ ਵਾਲ ਕਟਾ ਕੇ ਘੁੰਮਦੇ, ਉਹਨਾਂ ਨੂੰ ਇੱਕ ਸ਼ੌਕ ਪ੍ਰਾਊਡ ਫੀਲ ਕਰਤਾ, ਹੁਣ ਉਹਨਾਂ ਨੂੰ ਲੱਗਦਾ ਵੀ ਦਸਤਾਰ ਬੰਨ ਕੇ ਉਹਨਾਂ ਨਾਲ ਜ਼ਿਆਦਾ ਚੜ੍ਹਾਈ ਹੋ ਗਈ ਸੀ, ਇਹ ਵੀ ਸੋਚਣ ਲੱਗ ਗਏ ਕਿ ਜੇ ਦਿਲਜੀਤ ਵਾਲਾ ਤਾਂ ਪੱਗ ਬੰਨ ਲਈ ਪਈ ਹੈ। ਕਲੋਜਰ ਭਾਜੀ ਆਈ ਵੈਰੀ ਲੱਕੀ ਜੀ, ਮੈਂ ਪਹਿਲਾ ਪੰਜਾਬੀ ਸਿੰਗਰ ਸੀਗਾ ਕਿ ਜੇ ਇਹੋ ਜਿਹੀ ਸੋਹਣੀ ਦਸਤਾਰ ਬੰਨ ਕੇ ਗਾਉਣ ਵਾਲਾ, ਕਿ ਵਧੀਆ ਟਾਈ ਲਾ ਕੇ ਕੋਟ ਪੈਂਟ ਪਾ ਕੇ, ਇਹ ਮੈਨੂੰ ਮਾਣ ਮਹਿਸੂਸ ਹੈ ਜੀ। ਜਦੋਂ ਪੰਜਾਬੀ ਗਾਇਕੀ ਦਾ ਨਵਾਂ ਮੋੜ ਆਇਆ, ਉਹ 'ਚ ਦੋ ਸਿੰਗਰ ਸੀ ਸਾਡੇ ਵੱਡੇ ਭਾਈ ਸਾਹਿਬ ਗੁਰਦਾਸ ਮਾਨ ਜੀ, ਨਹੀਂ ਤਾਂ ਖੇਤਾਂ 'ਚ ਖਾੜੇ ਲੱਗਦੇ ਸੀਗੇ, ਸੱਥਾਂ 'ਚ ਖਾੜੇ ਲੱਗਦੇ ਸੀ। ਜਿਹੜੀ ਪੰਜਾਬੀ ਗਾਇਕੀ ਤੋਂ ਆਪਣੇ ਘਰਾਂ 'ਚ ਆਈ ਹੈ, ਰਿਵਾਜ਼ ਹੈ ਆਪਣੀਆਂ ਭੈਣਾਂ ਧੀਆਂ ਭੈਣਾਂ ਬਹਿ ਕੇ ਸੁਣਨਾ, ਉਦੋਂ 40 ਸਾਲ 45 ਸਾਲ ਉਹ ਇਹ ਮੋੜ ਆਇਆ, ਤੇ ਪੰਜਾਬੀ ਗਾਇਕੀ ਉਦੋਂ ਬਾਅਦ ਬਾਲੀਵੁੱਡ ਪਹੁੰਚ ਗਈ। ਇਹ ਸਿੱਖੀ ਦਾ ਮਾਣ ਹੀ ਹੈ ਕਿ ਇਸ ਵੇਲੇ ਬਾਲੀਵੁੱਡ 'ਚ ਪਹਿਲੇ ਨੰਬਰ 'ਤੇ ਦਲਜੀਤ ਹੈ। ਹੁਣ ਵੱਡੇ ਵੱਡੇ ਉਹ ਬੰਸਾਲੀ ਕਿਹੜੇ, ਉਹ ਵੱਡੇ ਵੱਡੇ ਡਾਇਰੈਕਟਰ ਉਹ ਲੱਭ ਰਹੇ ਆ, ਉਹਨੂੰ ਕਿ ਜਿੰਨੀਆਂ ਵੀ ਕੁੜੀਆਂ ਇਸ ਵੇਲੇ ਐਕਟਰ ਹੌਟ ਨੇ ਉਹ ਕਹਿੰਦੀਆਂ ਅਸੀਂ ਦਲਜੀਤ ਨਾਲ ਕੰਮ ਕਰਨਾ, ਪਰ ਉਹ ਉਹਦੇ ਕੋਲ 2 ਸਾਲ ਵਾਸਤੇ ਟਾਈਮ ਹੀ ਹੁੰਦੇਗਾ, ਉਹ ਹੀ ਇਜ਼ ਅ ਪਰਫਾਰਮਰ, ਉਹ ਕਹਿੰਦਾ ਮੈਂ ਵਰਲਡ ਟੂਰ ਕਰ ਲਵਾਂ, ਉਦੋਂ ਬਾਅਦ ਵਿੱਚ ਆ ਕੇ ਦੇਖ ਲਓ ਚਮਕੀਲੇ ਵਾਲੀ ਫਿਲਮ ਕਰ ਲਈ। ਰਮਨ ਜੀ ਤੁਸੀਂ ਇਹ ਸਾਰਾ ਦ੍ਰਿਸ਼ ਦੇਖਿਆ ਸੁਣਿਆ ਹੈ, ਤੇ ਤੁਸੀਂ ਬੜੇ ਖੁਸ਼ ਵੀ ਫੀਲ ਕਰ ਰਹੇ ਜੇ, ਤੁਸੀਂ ਵੀ ਵਿਦੇਸ਼ਾਂ 'ਚ ਜਾ ਕੇ ਆਪਣੇ ਪ੍ਰੋਗਰਾਮ ਦਿੰਦੇ ਜੇ, ਜਦੋਂ ਦਲਜੀਤ ਨਾਲ ਇੰਨਾ ਵੱਡਾ ਉਹਨੂੰ ਸਤਿਕਾਰ ਮਾਣ ਮਿਲਿਆ, ਤੇ ਇੱਕ ਤੇ ਸੁਰ 'ਚ ਦੱਸੋ ਵੀ ਉਹਨੂੰ ਕਿਵੇਂ ਤੁਸੀਂ ਮਹਿਸੂਸ ਕਰਦੇ? ਪਹਿਲਾਂ ਤਾਂ ਤਰਲੋਚਨ ਭਾਜੀ ਮੈਂ ਦੱਸਣਾ ਚਾਹੁੰਦੀ ਹਾਂ ਵੀ ਅਸੀਂ ਇਕੱਠੇ ਕੰਮ ਵੀ ਕੀਤਾ ਆ ਦਲਜੀਤ ਹੋਣਾ। ਹਾਂਜੀ ਹਾਂਜੀ, 2011 ਦੇ ਵਿੱਚ ਸਾਡਾ ਇਕੱਠਿਆਂ ਦਾ ਕੈਨੇਡਾ ਟੂਰ ਸੀਗਾ, ਮਿਸ ਪੂਜਾ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਰੋਸ਼ਨ ਪ੍ਰਿੰਸ ਔਰ ਗੀਤਾ ਜਲਦਾ,
ਦਿਲਜੀਤ ਜੀ ਨੂੰ ਮੈਂ ਬਹੁਤ ਨੇੜਿਓਂ ਦੇਖਿਆ ਤੇ ਉਦੋਂ ਮਤਲਬ ਇਹਨਾਂ ਦੀ ਨਵੀਂ ਮੂਵੀ ਪਹਿਲੀ ਮੂਵੀ ਜਿਹੜੀ ਉਹ ਆਉਣੀ ਸੀ ਉਹ ਉਸ ਟਾਈਮ ਦੀ ਗੱਲ ਹੈਗੀ ਹੈ ਮਤਲਬ ਇਹਨਾਂ ਨੂੰ ਜਿੰਨਾ ਕੁ ਮੈਂ ਦੇਖਿਆ ਦਿਲਜੀਤ ਜੀ ਨੂੰ ਕਿਉਂਕਿ ਮੇਰੇ ਨਾਲ ਬਹੁਤ ਨੇੜਤਾ ਰਹੀ ਹੈ ਉਸ ਸਮੇਂ ਦੇ ਵਿੱਚ ਕਿ ਆਪਣੇ ਕੰਮ ਪ੍ਰਤੀ ਇਹ ਮਤਲਬ ਪੈਸ਼ਨੇਟ ਸੀ ਤੁਸੀਂ ਮੰਨ ਲਓ ਜੇ ਤੁਸੀਂ 4 ਵਜੇ ਉੱਠ ਰਹੇ ਹੋ ਤੁਸੀਂ ਸੋਚਦੇ ਮੈਂ ਬਹੁਤ ਅਰਲੀ ਉੱਠ ਰਹੀ ਹਾਂ ਜਾਂ ਮੈਂ ਆਪਣੀ ਗੱਲ ਕਰਦੀ ਹਾਂ ਤਾਂ ਜਦੋਂ ਮੈਂ ਉੱਠ ਕੇ ਜਿਮ ਵੱਲ ਜਾਣਾ ਤਾਂ ਇਹ ਮੇਰੇ ਤੋਂ ਪਹਿਲਾਂ ਜਿਮ ਕਰਕੇ ਆਏ ਹੁੰਦੇ ਸੀ ਇੰਨਾ ਉਦੋਂ ਵੀ ਬੰਦਾ ਹੈ ਬਹੁਤ ਬਿਲਕੁਲ ਹਾਂਜੀ ਅਤੇ ਮਤਲਬ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਦਿਲਜੀਤ ਦੇ ਵਿੱਚ ਦੇਖਣ ਲਈ ਮਿਲੀ ਹੈਗੀ ਹੈ ਕਿ ਉਹ ਫੀਮੇਲਸ ਦੀ ਰਿਸਪੈਕਟ ਬਹੁਤ ਕਰਦੇ ਆ ਕਿਉਂਕਿ ਮੈਂ ਅਸੀਂ ਇਕੱਠਿਆਂ ਨੇ ਬਹੁਤ ਟਾਈਮ ਸਪੈਂਡ ਕੀਤਾ ਘੱਟੋ ਘੱਟ 2-3 ਮਹੀਨਿਆਂ ਦਾ ਸਾਡਾ ਉਹ ਟੂਰ ਸੀਗਾ ਕੈਨੇਡਾ ਦਾ ਅਤੇ ਉਸ ਦੌਰਾਨ ਹੀ ਮੈਨੂੰ ਦਿਲਜੀਤ ਦੀ ਸ਼ਖਸੀਅਤ ਬਾਰੇ ਪਤਾ ਲੱਗ ਗਿਆ ਸੀ ਕਿ ਇਹ ਬਹੁਤ ਅੱਗੇ ਜਾਣਗੇ ਹੈ ਨਾ ਅਤੇ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਂ ਆਪਣੀਆਂ ਪੁਰਾਣੀਆਂ ਪਿਕਚਰਸ ਵੀ ਕੱਢ ਕੇ ਦੇਖੀਆਂ ਹੈ ਨਾ ਅਤੇ ਮੈਨੂੰ ਲੱਗਿਆ ਵੀ ਇਹ ਉਹੀ ਦਿਲਜੀਤ ਹੈ ਜਿਹੜਾ ਸਾਡੇ ਨਾਲ ਅਸੀਂ ਇਕੱਠਿਆਂ ਨੇ ਕੰਮ ਕੀਤਾ ਹੈ ਨਾ ਅਤੇ ਬਹੁਤ ਹੀ ਡਾਊਨ ਟੂ ਅਰਥ ਹੁਣ ਲੋਕ ਹੁਣ ਜਿੰਨਾ ਕੁ ਅਸੀਂ ਹੁਣ ਸੁਣ ਰਹੇ ਹਾਂ ਅਤੇ ਹੁਣ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੰਮ ਕੀਤਾ ਉਹ ਕਹਿੰਦੇ ਵੀ ਹੁਣ ਉਦੋਂ ਵੀ ਜ਼ਿਆਦਾ ਡਾਊਨ ਟੂ ਅਰਥ ਹੈ ਅਸੀਂ ਜਿੱਥੇ ਬੈਠਣਾ ਪੁੰਜੇ ਬੈਠੇ ਹਾਂ ਉੱਥੇ ਬਹਿ ਕੇ ਰੋਟੀ ਖਾ ਲੈਣੀ ਮਤਲਬ ਬਹੁਤ ਵਧੀਆ ਟਾਈਮ ਔਰ ਪੰਕਚੁਐਲਿਟੀ ਹਰ ਇੱਕ ਚੀਜ਼ ਦੇ ਲਈ ਅਤੇ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਕਰਕੇ ਹੀ ਅੱਜ ਉਹ ਇੱਕ ਸੁਪਰ ਡੂਪਰ ਸਟਾਰ ਹੈ ਅਤੇ ਦਿਲਜੀਤ ਦੀ ਪੱਗ ਲਈ ਮੈਂ 2 ਲਾਈਨਾਂ ਨੂੰ ਕਵਾਂਗੀ ਕਿਉਂਕਿ ਅਸੀਂ ਜਦੋਂ ਉੱਥੇ ਹੁੰਦੇ ਸੀ ਨਾ ਅਸੀਂ ਪੂਣੀਆਂ ਵੀ ਇਕੱਠੀਆਂ ਕਰਾਈਆਂ ਪੱਗ ਦੀਆਂ ਸ਼ੋਆਂ ਦੇ ਉੱਤੇ ਕਿਉਂਕਿ ਇੰਦਰਜੀਤ ਜਿਵੇਂ ਤੁਹਾਨੂੰ ਪਤਾ ਪੱਗ ਬੰਨਦੇ ਆ ਤੇ ਮੈਨੀ ਮੈਂ ਹੀ ਸੀ ਉੱਥੇ ਪੂਣੀ ਕਰਾ ਸਕਦੀ ਜਿਹੜੀਆਂ ਪੱਗ ਦੀਆਂ ਪੂਣੀਆਂ ਵੀ ਕਰਾਈਆਂ ਨੇ ਹੈ ਨਾ ਅਤੇ ਕਰੇ ਪੋਣੀ ਧੁਣ ਕੇ ਮਾਰ ਮਾਰ ਹਰ ਪੇਚ ਸੁਣੇ ਇੱਕ ਸਾਰ ਸਾਰ ਕਰੇ ਪੋਣੀ ਧੁਣ ਕੇ ਮਾਰ ਮਾਰ ਹਰ ਪੇਚ ਚਿਣੇ ਇੱਕ ਸਾਰ ਸਾਰ ਤੈਨੂੰ ਭੀੜ ਦੇ ਵਿੱਚ ਵੀ ਰੀਝਾਂ ਨਾਲ ਨਿਹਾਰੇ ਦੁਨੀਆ ਵੇ ਤੇਰੀ ਪੱਗ ਤੋਂ ਪੰਜਾਬੀ ਮੁੰਡਿਆ ਵੇ ਬਲਿਹਾਰੇ ਦੁਨੀਆ ਤੇਰੀ ਪੱਗ ਤੋਂ ਪੰਜਾਬੀ ਮੁੰਡਿਆ ਵੇ ਬਲਿਹਾਰੇ ਦੁਨੀਆ ਵੇ ਤੇਰੀ ਪੱਗ ਤੋਂ ਪੰਜਾਬੀ ਮੁੰਡਿਆ ਵੇ ਅਜਵਾਰੇ ਦੁਨੀਆ ਬਟਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਬਿਲਕੁਲ ਮੈਨੂੰ ਭਾਜੀ ਯਾਦ ਆਇਆ ਫਾਈਨ ਟੋਨ ਕੰਪਨੀ ਜਦੋਂ ਹੁੰਦੀ ਸੀ ਭਾਜੀ ਰਜਿੰਦਰ ਹੋਣੀ ਤੇ ਉੱਥੇ ਰਵਿੰਦਰ ਗਰੇਵਾਲ ਇੰਦਰਜੀਤ ਨਿੱਕੂ ਅਤੇ ਦਿਲਜੀਤ ਇਹ ਤਿੰਨ ਉਹਨਾਂ ਦੇ ਸਟਾਰ ਸੀ ਜਿਹਦੇ 'ਚੋਂ ਉਦੋਂ ਰਵਿੰਦਰ ਗਰੇਵਾਲ ਪਹਿਲੇ ਨੰਬਰ 'ਤੇ ਹੁੰਦਾ ਸੀ ਨਿੱਕੂ ਦੂਸਰੇ ਨੰਬਰ 'ਤੇ ਇਹ ਤੀਜੇ ਨੰਬਰ 'ਤੇ ਹੁੰਦਾ ਸੀ